ਦੀਆਂ ਵਰਕਰਾਂ ਜੋ ਡੈਪੂਟੇਸ਼ਨ ਤੇ ਗਈਆਂ ਉਹਨਾਂ ਨਾਲ ਬਦਤਮੀਜ਼ੀ ਕੀਤੀ ਤੇ ਉਹਨਾਂ ਦੀਆਂ ਬਾਹਾਂ ਤੇ ਹੱਥ ਮਾਰ ਮਾਰ ਕੇ ਇਹ ਗੱਲ ਕਹੀ ਕਿ ਜਾਓ ਕਰ ਲਓ ਮੇਰਾ ਜਿਹੜਾ ਕੁਝ ਤੁਸੀਂ ਕਰ ਸਕਦੇ ਹੋ ਮੈਂ ਨਹੀਂ ਗੱਲ ਮੰਨਦਾ ਤਾਂ ਹੁਣ ਅਸੀਂ ਇਹਦੇ 'ਚ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਮਨਪ੍ਰੀਤ ਬਾਦਲ ਜਿਹੜਾ ਉਹ ਸਾਡੀ ਉਹਦੇ ਨਾਲ ਨਿੱਜੀ ਕੋਈ ਲੜਾਈ ਨਹੀਂ ਸੀ ਪਰ ਉਹਨੇ ਪਰਸੋਂ ਇਹ ਗੱਲ ਕਹਿ ਕੇ ਕਿ ਮੈਂ ਨਹੀਂ ਮੰਨਦਾ ਉਹ ਪੰਜਾਬ ਸਰਕਾਰ ਨੂੰ ਰੀਪ੍ਰੈਜ਼ੈਂਟ ਕਰ ਰਿਹਾ ਨਾ ਕਿ ਉਹ ਆਪਣੇ ਆਪ 'ਚ ਕੁਝ ਹੈਗੇ ਆ ਉਸ ਉਹਨਾਂ ਨੇ ਲੜਾਈ ਨੂੰ ਸਿੱਧਾ ਆਪਦੇ ਨਾਲ ਬਣਾ ਲਿਆ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਉਹਨਾਂ ਦੇ ਖਿਲਾਫ ਪੁਤਲੇ ਸਾੜ ਰਹੇ ਹਾਂ।